ਜਿੱਦਾਂ ਦੇ ਨਾਮ ਸਨ ਸਾਹਿਬਜ਼ਾਦਿਆਂ ਦੇ ਉਦਾਂ ਦੇ ਗੁਣ ਸਨ ਸਾਹਿਬਜ਼ਾਦਿਆਂ ਦੇ ਵਿੱਚ। ਮੈਂ ਲਹਿਣਾ ਲਿਖੀਆਂ ਸਨ, ਅਜੀਤ ਸਿੰਘ ਨੇ ਜੰਗ ਜਿੱਤ ਚਮਕੌਰ ਵਾਲੀ ਆਹੂ ਲਾ ਸੁੱਤੇ ਪਾਪੀ ਹਥਿਆਰਿਆਂ ਦੇ। ਅਜੀਤ ਸਿੰਘ ਜੰਗ ਜਿੱਤਦਾ ਹੈ, ਅਜੀਤ ਸਿੰਘ ਨੇ ਜੰਗ ਜਿੱਤ ਚਮਕੌਰ ਵਾਲੀ ਆਹੂ ਲਾ ਸੁੱਤੇ ਪਾਪੀ ਹਥਿਆਰਿਆਂ ਦੇ। ਜੁਝਾਰ ਸਿੰਘ ਨੇ ਜੂਝ ਕੱਚੀ ਗੜੀ ਅੰਦਰ ਢੇਰ ਲਾ ਦਿੱਤੇ ਮੁਗਲ ਜਰਵਾਣਿਆਂ ਦੇ। ਜੋਰਾਵਰ ਸਿੰਘ ਨੀਹਾਂ ਵਿੱਚ ਜ਼ੋਰ ਦਿਖਾ ਕਹਿੰਦਾ, ਜੋਰਾਵਰ ਸਿੰਘ ਨੀਹਾਂ ਵਿੱਚ ਜ਼ੋਰ ਦਿਖਾ ਕਹਿੰਦਾ, ਸਾਨੂੰ ਸੱਚ ਤੋਂ ਨੀ ਕੋਈ ਹਲਾ ਸਕਦਾ। ਫਤਿਹ ਸਿੰਘ ਨੇ ਸੀ ਫਤਿਹ ਬੁਲਾਈ ਉੱਥੇ ਜਿੱਥੇ ਕੋਈ ਹੋਰ ਨੀ ਸੀ ਫਤਿਹ ਬੁਲਾ ਸਕਦਾ। ਹੁਕਮ ਸੀ ਉਹਨਾਂ ਦਾ ਵੀ ਇੱਥੇ ਫਤਿਹ ਨੀ ਚੱਲਣੀ, ਉਹ ਕਹਿੰਦੇ ਇੱਦਾਂ ਹੀ ਚੱਲੇਗੀ। ਪਤਾ ਨਾ ਆਪਾਂ ਨੂੰ ਵੱਡੇ ਗੇਟ ਦੇ ਵਿੱਚ, ਅੱਜ ਗੇਟ ਜਿਹੜਾ ਸੀ ਬੰਦ ਕਰ ਦਿੱਤਾ, ਛੋਟੀ ਗੇਟ ਦੇ ਵਿੱਚ ਬਣੀ ਹੋਈ ਇੱਕ ਮੋਲੀ ਖੋਲ ਦਿੱਤੀ ਵੀ ਜਦ ਇਹ ਅੰਦਰ ਪੈਰ ਰੱਖਣਗੇ ਨਾ ਅੰਦਰ ਆਉਣਗੇ ਸੀਸ ਅੱਗੇ ਝੁਕਾਉਣਗੇ ਤੇ ਜਿੰਨੇ ਜਣੇ ਬੈਠੇ ਨੇ ਅਸੀਂ ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦੇਵਾਂਗੇ ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦੇਵਾਂਗੇ ਵੀ ਮੰਨ ਗਏ ਸੀਸ ਝੁਕਾ ਦਿੱਤਾ। ਧੋਖੇ ਨਾਲ ਸੀਸ ਝੁਕਾਉਣਾ ਚਾਹੁੰਦੇ ਸਨ, ਪਰ ਸਾਹਿਬਜ਼ਾਦਾ ਬਾਬੇ ਫਤਿਹ ਸਿੰਘ ਨੇ ਪਹਿਲਾਂ ਜੁੱਤੀ ਕੱਢੀ ਅੰਦਰ।